ਦਵਿੰਦਰ ਸਿੰਘ ਸੇਖਾ ਦਾ ਨਾਵਲ ਤੀਜੀ ਅਲਵਿਦਾ ਪਹਿਲਾ ਅੰਗ ਜੀਵਨ ਸਵੇਰ। ਬਾਪੂ ਮੈਂ ਜਿੱਤ ਗਈ, ਹਈ ਸ਼ਵਾਸ਼ੇ ਸ਼ਵਾਸ਼ੇ ਮੇਰੇ। 20 ਸਾਲ ਦੀ ਮੁਟਿਆਰ ਨੇ ਕਿਲਕਲੀ ਪਾਉਂਦਿਆਂ ਆਪਣੀ ਦਾਤੀ ਧਰਤੀ ਦੇ ਸੀਨੇ 'ਚ ਖਵੋ ਦਿੱਤੀ ਅਤੇ ਉੱਠ ਕੇ ਖੜ੍ਹੀ ਹੋ ਗਈ। ਮੈਂ ਜਿੱਤੀ ਹਾਂ, ਛੋਟੀ 18 ਕੁ ਸਾਲ ਦੀ ਮੁਟਿਆਰ ਵੀ ਉੱਠ ਕੇ ਖੜ੍ਹੀ ਹੋ ਗਈ ਅਤੇ ਝੂਠਾ ਰੋਣਾ ਰੋ ਕੇ ਆਪਣੀ ਜਿੱਤ ਦਾ ਸਬੂਤ ਦੇਣ ਲੱਗੀ। ਤੂੰ ਕਿਵੇਂ ਜਿੱਤ ਗਈ, ਤੇਰਾ ਤਾਂ ਅਜੇ ਵੀ 2 ਗਿੱਠ 11 ਵੱਢਣ ਵਾਲਾ ਪਿਆ। ਇਹਨੂੰ ਕੀ ਕਹਿਣਾ ਹੈ, ਮੈਂ ਰਾਹ ਵੱਲ ਵੇਖਣ ਲੱਗ ਪਈ ਸੀ। ਤੇਰੇ ਕਿਸੇ ਨੇ ਪੈਰੀ ਹੱਥ ਲਾਏ ਸੀ ਵੀ ਹੜਾ ਰਾਹ ਵੱਲ ਵੇਖ, ਨਾ ਵੇਖਦੀ ਹੁਣ ਤਾਂ ਬਾਪੂ ਮੇਰਾ ਹੀ ਸਿਰ ਪਲੋਸੂ। ਬਸ ਬਸ ਧੀਓ ਲੜੋ ਤਾਂ, ਤੁਸੀਂ ਦੋਵੇਂ ਜਿੱਤੀਆਂ, ਆ 11 ਗਿੱਠ ਮੈਂ ਵੱਢ ਦਿੰਦਾ। ਬਚਿੱਤਰ ਸਿੰਘ ਨੇ ਆਪਣਾ 11 ਪੂਰਾ ਕਰ ਲਿਆ ਅਤੇ ਛੋਟੀ ਧੀ ਵੱਲੋਂ ਬਚਿਆ ਕੋਨਾ ਵੀ ਦਾਤੀ ਦੇ ਦੰਦਿਆਂ ਹੇਠ ਲੈ ਲਿਆ। ਉਹਨੇ ਆਪਣੀਆਂ ਮੁਟਿਆਰ ਧੀਆਂ ਨੂੰ ਲੜਨ ਤੋਂ ਵਰਜਿਆ। 2 ਪਲ 'ਚ ਹੀ ਉਹਨੇ ਬੱਚੇ ਕਣਕ ਦੇ ਸਿੱਟੇ ਵੱਢ ਲਏ ਅਤੇ ਉੱਠ ਕੇ ਟਾਹਲੀ ਦੀ ਛਾਵੇਂ ਆ ਗਿਆ। ਆਓ ਬੱਚਿਓ, ਦਮ ਮਾਰ ਲਓ ਬਹਿ ਕੇ ਘੜੀ ਬਿੰਦ, ਬਚਿੱਤਰ ਸਿੰਘ ਖੇਤ ਦੀ ਵੱਟ 'ਤੇ ਬਹਿੰਦਾ ਬੋਲਿਆ। ਦੋਵੇਂ ਕੁੜੀਆਂ ਵੀ ਉਹਦੇ ਕੋਲ ਆ ਗਈਆਂ। ਦੋਵਾਂ ਨੇ ਆਪਣੀਆਂ ਚੁੰਨੀਆਂ ਸਿਰੋਂ ਖੋਲ੍ਹ ਕੇ ਮੋਢਿਆਂ 'ਤੇ ਕਰ ਲਈਆਂ। ਛੋਟੀ ਅਜੇ ਵੀ ਵੱਡੀ ਨੂੰ ਘੂਰ ਰਹੀ ਸੀ। ਦੋਵੇਂ ਬਾਪੂ ਦੇ ਖੱਬੇ ਪਾਸੇ ਬੈਠ ਗਈਆਂ। ਬਾਪੂ, ਅੱਜ ਤਾਂ ਮੈਂ ਤੇਰਾ ਸ਼ੇਰ ਪੁੱਤ ਬਣ ਗਿਆ ਨਾ, ਵੱਡੀ ਲਾਡ ਨਾਲ ਬੋਲੀ। ਹਾਂ ਪੁੱਤਰੀ, ਤੁਸੀਂ ਦੋਵੇਂ ਹੀ ਮੇਰੇ ਸ਼ੇਰ ਪੁੱਤਰ ਹੋ, ਬਚਿੱਤਰ ਸਿੰਘ ਕੁਝ ਗੰਭੀਰ ਸੀ। ਬੁੱਥੀ ਤਾਂ ਵੇਖ ਆਪਦੀ, ਮੇਰੇ ਹੁੰਦਿਆਂ ਜੇ ਗਿੱਦੜ ਸ਼ੇਰ ਬਣ ਜਾਣ ਤਾਂ ਮੈਨੂੰ ਕੌਣ ਮਨਜੀਤ ਆਖੂ। ਛੋਟੀ ਅਜੇ ਆਪਣਾ ਗੁੱਸਾ ਕੱਢਣਾ ਚਾਹੁੰਦੀ ਸੀ। ਤੂੰ ਟਕੀ ਰਿੱਜ, ਨਹੀਂ ਤਾਂ ਸਵਾਰ ਕੇ ਉਬਾਲਾ ਦਿਓ। ਵੱਡੀ ਕੁੜੀ ਕੁਲਦੀਪ ਵੀ ਆਪਣੇ ਆਪ ਨੂੰ ਸ਼ੇਰ ਸਿੱਧ ਕਰ ਦੇਣਾ ਚਾਹੁੰਦੀ ਸੀ। ਬਾਪੂ ਦੇਖ ਲਾ, ਤੇਰੇ ਸਾਹਮਣੇ ਇਹ ਆਪ ਤੁਖਣਾ ਦੇਣੋਂ ਤਾਂ ਹਟਦੀ ਨਹੀਂ। ਜੇ ਕੁਲਦੀਪ ਕੌਰ ਨੂੰ ਗੁੱਸਾ ਆ ਗਿਆ ਤਾਂ ਵਾਣੀ ਪਾ ਦਿਓ। ਕੁਲਦੀਪ ਨੇ ਮਨਜੀਤ ਵੱਲ ਟੇਢੀ ਨਜ਼ਰ ਨਾਲ ਵੇਖਦਿਆਂ ਫੜ ਮਾਰੀ। ਤੂੰ ਪਾਈ ਲੈ ਵਾਣੀ, ਮਨਜੀਤ ਨੇ ਕੁਲਦੀਪ ਦੀ ਗੁੱਤ ਖਿੱਚ ਦਿੱਤੀ ਅਤੇ ਕੁਲਦੀਪ ਨੇ ਉਸਦੇ 2 ਧੌਲਾਂ ਟਿਕਾ ਦਿੱਤੀਆਂ। ਮਨਜੀਤ ਨੇ ਰੋਣਾ ਸ਼ੁਰੂ ਕਰ ਦਿੱਤਾ। ਹੁਣ ਲੱਗਿਆ ਪਤਾ, ਮੇਰੇ ਅਜੇ ਹੱਥ ਅੰਬੇ ਵੇ ਆ, ਨਹੀਂ ਤਾਂ ਚੰਗੀ ਤਰ੍ਹਾਂ ਖੰਡ ਦੀਆਂ ਖਵਾਉਂਦੀ, ਕੁਲਦੀਪ ਆਪਣੀ ਜਿੱਤ ਦੀ ਖੁਸ਼ੀ 'ਚ ਬੋਲੀ। ਉਹਨੇ ਬਾਪੂ ਵੱਲ ਦੇਖਿਆ। ਬਾਪੂ ਤੇਰੀਆਂ ਅੱਖਾਂ 'ਚ ਹੰਝੂ, ਕੁਲਦੀਪ ਹੈਰਾਨੀ ਨਾਲ ਬੋਲੀ। ਉਹਦੀ ਆਵਾਜ਼ ਸੁਣ ਕੇ ਮਨਜੀਤ ਨੇ ਵੀ ਬਾਪੂ ਵੱਲ ਦੇਖਿਆ। ਬਾਪੂ ਦੇ ਹੰਝੂ ਵੇਖ ਕੇ ਧੀ ਦੇ ਹੰਝੂ ਸੁੱਕ ਗਏ। ਬਾਪੂ ਤੈਨੂੰ ਕੀ ਹੋਇਆ, ਮਨਜੀਤ ਨੇ ਚਿੰਤਾਤੁਰ ਹੋ ਕੇ ਪੁੱਛਿਆ। ਐਵੇਂ ਕੁਛ ਯਾਦ ਆ ਗਿਆ। ਕੀ ਬਾਪੂ, ਕੁਲਦੀਪ ਨੇ ਸਵਾਲ ਕੀਤਾ। ਤੁਸੀਂ ਦੋਵਾਂ ਨੇ ਪੁੱਤਾਂ ਵਾਂਗੂ ਮੇਰੇ ਖੇਤਾਂ 'ਚ ਕੰਮ ਕੀਤਾ, ਮੈਨੂੰ ਕਦੇ ਮਹਿਸੂਸ ਨਹੀਂ ਸੀ ਹੋਇਆ ਕਿ ਮੇਰੇ ਪੁੱਤ ਨਲਾਇਕ ਆ। ਤੁਸੀਂ ਦੋਵਾਂ ਨੇ ਇਹ ਗੱਲ ਯਾਦ ਆਉਣ ਦਿੱਤੀ ਨਹੀਂ, ਪਰ ਧੀਆਂ 'ਤੇ ਕੋਈ ਕਿੰਨਾ ਕੁ ਚਿਰ ਆਸ ਰੱਖ ਸਕਦਾ ਹੈ। ਧੀਆਂ ਤਾਂ ਬਗਾਨਾ ਧਨ ਹੁੰਦੀਆਂ, ਚਿੜੀਆਂ ਦਾ ਚੰਬਾ, ਪਤਾ ਨਹੀਂ ਕਿਹੜੇ ਵੇਲੇ ਉਡਾਰੀ ਮਾਰ ਜਾਣ। ਅਗਲੇ ਮਹੀਨੇ ਤੁਸੀਂ ਤੁਰ ਜਾਣਾ ਅਤੇ ਮੈਂ ਜਦੋਂ ਤੁਹਾਡੀਆਂ ਨਿਸ਼ਾਨੀਆਂ ਵੇਖਿਆ ਕਰੂੰ ਤਾਂ। ਉਹ ਅੱਗੋਂ ਗੱਲ ਪੂਰੀ ਨਾ ਕਰ ਸਕਿਆ। ਦੋਹਾਂ ਕੁੜੀਆਂ ਦੇ ਦਿਲ ਵੀ ਕਰੁਣਾ ਨਾਲ ਧੜਕ ਰਹੇ ਸਨ। ਉਹਨਾਂ ਨੇ ਅੱਜ ਤੱਕ ਕਦੇ ਮਹਿਸੂਸ ਨਹੀਂ ਸੀ ਕੀਤਾ ਕਿ ਕਦੇ ਉਹ ਆਪਣੇ ਬਾਪੂ, ਆਪਣੇ ਬਚਪਨ ਦੀਆਂ ਗੁੱਡੀਆਂ ਪਟੋਲੇ, ਆਪਣੇ ਪਿੰਡ ਦੀਆਂ ਜੂਹਾਂ 'ਚੋਂ ਨਿਕਲ ਕੇ ਕਿਸੇ ਬਗਾਨੇ ਪਿੰਡ ਚਲੀਆਂ ਜਾਣਗੀਆਂ। ਉਹਨਾਂ ਦਾ ਦਿਲ ਕੀਤਾ ਕਿ ਬਾਪੂ ਨੂੰ ਕਹਿ ਦੇਣ ਕਿ ਉਹਨਾਂ ਦਾ ਵਿਆਹ ਹੀ ਨਾ ਕਰੇ, ਪਰ ਕਹਿ ਨਾ ਸਕੀਆਂ। ਬਾਪੂ ਨੇ ਮੋਢੇ 'ਤੇ ਰੱਖੇ ਪਰਨੇ ਦੀ ਕੰਨੀ ਨਾਲ ਆਪਣੀਆਂ ਅੱਖਾਂ ਪੂੰਝੀਆਂ। ਪਰ ਮੈਂ ਵੀ ਤੁਹਾਡਾ ਹੱਕ ਨਹੀਂ ਰੱਖਦਾ, ਤੁਸੀਂ ਲਹੂ ਪਾਣੀ ਇੱਕ ਕਰਕੇ ਮੇਰੇ ਬਰਾਬਰ ਕੰਮ ਕੀਤਾ, ਮੈਂ ਤੁਹਾਡਾ ਵਿਆਹ ਇਹੋ ਜਿਹਾ ਕਰੂੰ ਕਿ ਦੁਨੀਆ ਯਾਦ ਰੱਖੂ। ਬਾਪੂ ਤੂੰ ਸਾਨੂੰ ਮਿਲਣ ਆਇਆ ਕਰੇਂਗਾ ਨਾ, ਮਨਜੀਤ ਉਦਾਸੀਆਂ ਅੱਖਾਂ ਨਾਲ ਬਾਪੂ ਵੱਲ ਵੇਖਦੀ ਬੋਲੀ। ਹਾਂ ਧੀਏ, ਮੈਂ ਕਿਹੜਾ ਤੁਹਾਨੂੰ ਬਾਹਲੀ ਦੂਰ ਮੰਗਿਆ, ਆ ਚੁੱਲ੍ਹੇ ਵੱਟੇ ਤਾਂ ਹੈ, ਮੈਂ ਤਾਂ ਧੀਏ ਪਰਿਵਾਰ ਵਾਲਾ ਘਰ ਟੋਲਿਆ, ਮਾੜੀ ਵਾਲਾ ਰਿਸ਼ਤਾ ਮੈਂ ਪੱਕਾ ਹੀ ਨਹੀਂ ਕੀਤਾ। ਮੈਂ ਕਿਹਾ ਮੈਂ ਤਾਂ ਆਪਦੀਆਂ ਧੀਆਂ ਵਾਸਤੇ ਸੱਸ ਵਾਲਾ ਘਰ ਲੈਣਾ, ਤੁਹਾਡਾ ਤਾਂ ਉੱਥੇ ਚਿੱਤ ਹੀ ਨਹੀਂ ਉਧਰਿਆ ਕਰਨਾ। ਭਾਗ ਦੀ ਅੱਡੀ ਵਾਲੀ ਹੈ ਤੁਹਾਡੀ ਸੱਸ, ਜਿਹਦੇ 6 ਪੁੱਤ ਹੈ। ਮਾਸੀ ਬਗਿਆ ਦਵਾ ਦਵ ਮਟਕਾ ਨਾਲ ਹੀ ਆਉਂਦੀ ਹੈ, ਦੂਰ ਆਉਂਦੀ ਆਪਣੀ ਦੂਜੀ ਮਾਂ ਬਚਿੰਤ ਕੌਰ ਉਰਫ ਚਿੰਤੋ ਵੱਲ ਵੇਖ ਕੇ ਕੁਲਦੀਪ ਬੋਲੀ। ਚਿੰਤੋ ਦੇ ਸਿਰ 'ਤੇ ਪੱਤਾ ਰੱਖਿਆ ਹੋਇਆ ਸੀ, ਫੋਟ ਅੰਤਰਿਆਂ ਦਾ। ਮਾਸੀ ਦੀ ਆਵਾਜ਼ ਸੁਣਾਈ ਦਿੱਤੀ। ਕੀ ਹੋ ਗਿਆ ਤੈਨੂੰ, ਬਚਿੱਤਰ ਸਿੰਘ ਦੀ ਖਰਵੀ ਆਵਾਜ਼ ਆਈ। ਆ ਤੇਰੇ ਛੱਡੇ ਕਰਚਿਆਂ ਨੇ ਪੈਰ ਬਿੰਨਤਾ, ਚਿੰਤੋ ਆਪਣਾ ਪੈਰ ਮਰੋੜਦੀ ਬੋਲੀ। ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ 'ਤੇ, ਕਿਹਦੇ ਖੇਤ 'ਚ ਕਰਚੇ ਨਹੀਂ ਹੁੰਦੇ, ਮੈਂ ਵੀ ਤਾਂ ਕਰਚੇ ਦੇਈ ਫਿੱਟੇ ਮੂੰਹ ਕਿਹਾ। ਚਿੰਤੋ ਨੇ ਕੋਲ ਆ ਕੇ ਪੱਤਾ ਜ਼ਮੀਨ 'ਤੇ ਰੱਖ ਦਿੱਤਾ। ਜੁੱਤੀ ਪਾ ਕੇ ਆਇਆ ਕਰ, ਬਚਿੱਤਰ ਸਿੰਘ ਬੋਲਿਆ। ਕਹਿੰਦੇ ਨੂੰ ਸ਼ਰਮ ਤਾਂ ਨਹੀਂ ਆਉਂਦੀ, ਮੈਨੂੰ ਤਾਂ ਤਿੱਲੇ ਵਾਲੀ ਲਿਆ ਕੇ ਦਿੱਤੀ ਹੋਣੀ ਹੈ, ਬੁੱਛੜਾ ਤੇਰੀ ਦਿੱਤੀ ਪਾ ਕੇ ਆਉਣੀ ਹੈ ਨਾ।
ਚਿੰਤੋ ਦੀ ਗੱਲ ਸੁਣ ਕੇ ਬਚਿੱਤਰ ਸਿੰਘ ਨਾ ਹੇਠਲੀ ਦੰਦੀ ਨਾ ਉਤਲੀ, ਚੁੱਪ ਕਰਕੇ ਰੋਟੀ ਖਾਣ ਲੱਗ ਪਿਆ। ਕੁੜੀਆਂ ਨੇ ਵੀ ਦੋ ਦੋ ਰੋਟੀਆਂ ਹੱਥਾਂ 'ਤੇ ਰੱਖ ਲਈਆਂ। ਕੁੜੇ ਦੀਪੋ, ਤੁਸੀਂ ਇਹਦੇ ਆਖੇ ਕਿਉਂ ਲੱਗਦੀਆਂ ਹੁੰਦੀਆਂ? ਖੇਤ 'ਚ ਆਪੇ ਸੀਰੀ ਰੱਖਦਾ ਫਿਰੇ, ਆਈਆਂ ਦੇ ਹੱਥ 'ਤੇ ਇਹਨੇ ਛਿੱਲੜ ਨਹੀਂ ਧਰਿਆ ਕਰਨਾ। ਉਹ ਦੋ ਦਿਨ ਤਾਂ ਸਾਡਾ ਕੰਮ ਰਹਿ ਗਿਆ, ਅਸੀਂ ਪਰਸੋਂ ਤੱਕ ਸਾਰੀ ਕਣਕ ਵੱਢ ਕੇ ਬੰਨੇ ਮਾਰਨੀ ਹੈ। ਮਾਸੀ, ਜੇ ਅਸੀਂ ਕਣਕ ਨਾ ਵੱਢੀਏ ਤਾਂ ਦੋਵੇਂ ਜਣੀਆਂ ਜਿੱਦੀਏ ਕਿੱਥੇ? ਰੋਟੀ ਖਾ ਕੇ ਅਸੀਂ ਫਿਰ ਜਿੱਦ ਕੇ ਕਣਕ ਵੱਢਣੀ ਹੈ, ਕੁਲਦੀਪ ਬੋਲੀ। ਤੂੰ ਹਵਾ ਆਉਣ ਦੇ, ਸਰਦਾ ਹੈ ਜਿੱਦੇ ਬਿਨਾਂ, ਮਨਜੀਤ ਮੱਥੇ ਤਿਊੜੀਆਂ ਪਾਉਂਦੀ ਬੋਲੀ। ਝੌਕਦੀ ਕਿਵੇਂ ਆ, ਕੌੜ ਮੱਝ ਵਾਂਗੂ। ਕੁਲਦੀਪ ਦੇ ਮੱਥੇ 'ਤੇ ਵੀ ਤਿਊੜੀਆਂ ਚੜ੍ਹ ਗਈਆਂ, ਪਰ ਇਹ ਝਗੜਾ ਇੱਥੇ ਹੀ ਰੁਕ ਗਿਆ। ਰੋਟੀ ਖਾਣ ਤੋਂ ਬਾਅਦ ਦੋਵਾਂ ਕੁੜੀਆਂ ਨੇ ਆਪਣੀਆਂ ਚੁੰਨੀਆਂ ਦੇ ਮੜਾਸੇ ਬੰਨ੍ਹ ਲਏ ਅਤੇ ਵਾਢੀ ਲਈ ਤਿਆਰ ਹੋ ਗਈਆਂ। ਜ਼ਿਲ੍ਹਾ ਫਰੀਦਕੋਟ 'ਚ ਕੋਠੇ ਲਾਭ ਸਿੰਘ ਨਾਂ ਦਾ ਇੱਕ ਪਿੰਡ ਹੈ। ਇਸੇ ਪਿੰਡ ਦੇ ਇੱਕ ਵਸਨੀਕ ਦਾ ਨਾਂ ਬਚਿੱਤਰ ਸਿੰਘ ਸੀ। ਬਚਪਨ ਵਿੱਚ ਤਾਂ ਉਹ ਵੀ ਕੁਛ ਐਬੀ ਸੀ, ਪਰ 12 ਸਾਲ ਦੀ ਉਮਰ ਤੋਂ ਹੀ ਉਹਦਾ ਝੁਕਾਅ ਕੁਛ ਗੁਰੂ ਵੱਲ ਹੋ ਗਿਆ। 15 ਸਾਲ ਦੀ ਉਮਰ 'ਚ ਪੁਸ਼ਤ ਦਰ ਪੁਸ਼ਤ ਚੱਲੀ ਆ ਰਹੀ ਫਤੂਹੀ ਪਾ ਕੇ ਰਾਜ ਕੌਰ ਨੂੰ ਵਿਆਹਣ ਢੁੱਕਿਆ ਸੀ। ਬਚਿੱਤਰ ਸਿੰਘ ਦਾ ਵਿਆਹ ਵੀ ਅਜੀਬ ਜਿਹੀਆਂ ਤਬਦੀਲੀਆਂ ਨਾਲ ਹੋਇਆ। ਇਹਦੇ ਵੱਡੇ ਭਰਾ ਨੂੰ ਰਾਜ ਕੌਰ ਮੰਗੀ ਹੋਈ ਸੀ, ਪਰ ਉਹਦੀ ਮੌਤ ਹੋ ਜਾਣ ਕਾਰਨ ਰਾਜ ਕੌਰ ਨੂੰ ਬਚਿੱਤਰ ਸਿੰਘ ਵਿਆਹ ਲਿਆ ਆ, ਅਤੇ ਬਚਿੱਤਰ ਸਿੰਘ ਦੀ ਮੰਗ ਉਹਦੇ ਚਾਚੇ ਦਾ ਮੁੰਡਾ ਵਿਆਹ ਲਿਆ ਆ। ਬਚਿੱਤਰ ਸਿੰਘ ਜਦੋਂ ਵੀ ਇਸ ਅਦਲਾ ਬਦਲੀ ਬਾਰੇ ਸੋਚਦਾ ਤਾਂ ਮੱਲੋ ਮੱਲੀ ਮੁਸਕਰਾ ਪੈਂਦਾ। ਬਚਿੱਤਰ ਸਿੰਘ ਦਾ ਕਿੱਤਾ ਖੇਤੀਬਾੜੀ ਸੀ। ਵਿਆਹ ਤੋਂ 3 ਸਾਲ ਮਗਰੋਂ ਉਹਦੇ ਘਰ ਪਲੇਠੇ ਪੁੱਤ ਕੁਲਦੀਪ ਸਿੰਘ ਨੇ ਜਨਮ ਲਿਆ। ਸਾਰਾ ਵਿਹੜਾ ਵਧਾਈਆਂ ਨਾਲ ਗੂੰਜ ਉੱਠਿਆ। ਕੁਲਦੀਪ ਸਿੰਘ ਦੇ ਜਨਮ ਤੋਂ ਮਗਰੋਂ ਛੋਟੇ ਮੁੰਡੇ ਮਨਜੀਤ ਸਿੰਘ ਨੇ ਜਨਮ ਲਿਆ। 2-2 ਸਾਲ ਦੀ ਵਿੱਥ 'ਤੇ ਦੋ ਕੁੜੀਆਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਭਰਾਵਾਂ ਦੇ ਨਾਂ 'ਤੇ ਕੁਲਦੀਪ ਕੌਰ ਅਤੇ ਮਨਜੀਤ ਕੌਰ ਰੱਖੇ ਗਏ। ਜਦੋਂ ਛੋਟੀ ਕੁੜੀ 6 ਮਹੀਨਿਆਂ ਦੀ ਸੀ ਤਾਂ ਰਾਜ ਕੌਰ ਦੀ ਮੌਤ ਹੋ ਗਈ। ਬਚਿੱਤਰ ਸਿੰਘ ਨੇ ਬੱਚਿਆਂ ਦੇ ਪਾਲਣ ਪੋਸਣ ਦਾ ਧਿਆਨ ਕਰਕੇ ਦੂਜਾ ਵਿਆਹ ਚਿੰਤੋ ਨਾਂ ਦੀ ਇਸਤਰੀ ਨਾਲ ਕਰਵਾ ਲਿਆ। ਚਿੰਤੋ ਦਾ ਸੁਭਾਅ ਤਾਂ ਚੰਗਾ ਸੀ, ਪਰ ਬਚਿੱਤਰ ਸਿੰਘ ਦੇ ਗਰਮ ਸੁਭਾਅ ਦੇ ਸਾਹਮਣੇ ਉਹ ਵੀ ਗਰਮ ਹੋ ਜਾਂਦੀ ਸੀ। ਬਚਿੱਤਰ ਸਿੰਘ ਦਾ ਸੁਭਾਅ ਤਾਂ ਦਰਜੇ ਦਾ ਗਰਮ ਸੀ ਅਤੇ ਉਹ ਅੜਬ ਪੁਣੇ ਤੋਂ ਕੰਮ ਲੈਂਦਾ ਸੀ, ਪਰ ਜਦ ਧੀਆਂ ਖੇਤ 'ਚ ਕੰਮ ਕਰਦੀਆਂ ਤਾਂ ਉਹਨਾਂ ਨਾਲ ਕਦੇ ਸਖਤਾਈ ਨਹੀਂ ਸੀ ਵਰਤੀ, ਸਗੋਂ ਪਿਆਰ ਨਾਲ ਪੇਸ਼ ਆਉਂਦਾ। ਬਚਿੱਤਰ ਸਿੰਘ ਦੇ ਦੋਵੇਂ ਮੁੰਡੇ ਨਲਾਇਕ ਨਿਕਲ ਗਏ। ਕੰਮ ਕਾਰ ਵੱਲ ਉਹਨਾਂ ਦੀ ਰੁਚੀ ਬਿਲਕੁਲ ਹੀ ਨਹੀਂ ਸੀ। ਵੱਡੇ ਮੁੰਡੇ ਨੂੰ ਉਹਨੇ ਦਰਜੀ ਦਾ ਕੰਮ ਸਿੱਖਣ ਘੋਲੀਏ ਭੇਜ ਦਿੱਤਾ। ਉੱਥੇ ਉਹਦੇ ਯਾਰਾਨਿਆਂ ਦੀਆਂ ਗੱਲਾਂ ਜੰਗਲ ਦੀ ਅੱਗ ਵਾਂਗ ਫੈਲ ਗਈਆਂ। ਉੱਥੋਂ ਭੱਜ ਕੇ ਲੁਧਿਆਣੇ ਜਾ ਪਹੁੰਚਿਆ। ਇੱਥੇ ਉਹ ਆਪਣੇ ਪੈਰਾਂ 'ਤੇ ਖੜ੍ਹਾ ਹੋ ਗਿਆ। ਛੋਟਾ ਮੁੰਡਾ ਲੋਕਾਂ ਦੇ ਖੇਤਾਂ 'ਚੋਂ ਗੰਨੇ, ਛੱਲੀਆਂ, ਖਰਬੂਜੇ ਆਦਿ ਭੰਨ ਲਿਆਉਂਦਾ, ਜਿਸ ਕਾਰਨ ਆਏ ਦਿਨ ਉਹਨੂੰ ਲੋਕਾਂ ਤੋਂ ਕੁੱਟ ਪੈਂਦੀ। ਪਿਓ ਵੀ ਇਸ ਗੱਲੋਂ ਦੁਖੀ ਸੀ। ਬਚਿੱਤਰ ਸਿੰਘ ਦੀਆਂ ਧੀਆਂ ਸਾਰਾ ਦਿਨ ਲੱਕ ਬੰਨ੍ਹ ਕੇ ਕੰਮ ਕਰਦੀਆਂ, ਬਾਹਰੋਂ ਪੱਠੇ ਵੱਢ ਲਿਆਉਣੇ, ਕੁਤਰਾ ਕਰਨਾ, ਪੱਠੇ ਪਾਉਣੇ, ਪਸ਼ੂ ਨੁਹਾ ਕੇ ਲਿਆਉਣੇ ਉਹਨਾਂ ਦੇ ਜ਼ਿੰਮੇ ਸੀ। ਖੇਤਾਂ 'ਚੋਂ ਆਪਣੀਆਂ ਚੁੰਨੀਆਂ ਦੇ ਮੜਾਸੇ ਬੰਨ੍ਹ ਲੈਂਦੀਆਂ ਅਤੇ ਮਰਦਾਂ ਵਾਂਗ ਕੰਮ ਕਰਦੀਆਂ। ਇਸ ਵਾਰੀ ਬਚਿੱਤਰ ਸਿੰਘ ਨੇ ਕਣਕ ਦੀ ਸਾਰੀ ਵਾਢੀ ਆਪ ਹੀ ਕਰਨ ਦਾ ਫੈਸਲਾ ਕੀਤਾ ਸੀ। ਖੇਤਾਂ 'ਚ ਕੰਮ ਕਰਦੀਆਂ ਦੋਵੇਂ ਕੁੜੀਆਂ ਆਪਸ 'ਚ ਕਈ ਵਾਰੀ ਘੁਰਕ ਵੀ ਪੈਂਦੀਆਂ ਸੀ, ਪਰ ਝਗੜਾ ਵੀ ਮਿੱਠਾ ਹੀ ਹੁੰਦਾ ਸੀ ਅਤੇ ਉਹਨਾਂ ਨੂੰ ਕੋਈ ਖਾਸ ਕਿਸਮ ਦਾ ਸਕੂਨ ਮਿਲਦਾ ਸੀ। ਦੋਨਾਂ ਕੁੜੀਆਂ ਦੇ ਸੁਭਾਅ 'ਚ ਕੁਝ ਅੰਤਰ ਵੀ ਸੀ। ਛੋਟੀ ਲਾਈ ਲੱਗ ਸੁਭਾਅ ਦੀ ਸੀ ਅਤੇ ਕਈ ਵਾਰੀ ਕੰਮ ਤੋਂ ਵੀਰ ਵੀ ਜਾਂਦੀ ਸੀ, ਪਰ ਉਹ ਅਮੋੜ ਨਹੀਂ ਸੀ। ਧੀਆਂ ਜਵਾਨ ਹੋਈਆਂ ਵੇਖ ਕੇ ਬਚਿੱਤਰ ਸਿੰਘ ਨੇ ਉਹਨਾਂ ਨੂੰ 2 ਮੀਲ ਦੀ ਵਿੱਥ 'ਤੇ ਇੱਕ ਪਿੰਡ 'ਚ 2 ਸਕੇ ਭਰਾਵਾਂ ਨਾਲ ਮੰਗ ਦਿੱਤਾ। ਅਜੇ ਭਾਵੇਂ ਧੀਆਂ ਘਰੋਂ ਤੁਰੀਆਂ ਨਹੀਂ ਸੀ, ਪਰ ਉਹ ਹੁਣ ਤੋਂ ਹੀ ਆਪਣੇ ਆਪ ਨੂੰ ਇਕੱਲਾ ਇਕੱਲਾ ਮਹਿਸੂਸ ਕਰਨ ਲੱਗ ਪਿਆ ਸੀ। ਸੰਨ 1947 ਦੇ ਘੱਲੂਘਾਰੇ ਵੇਲੇ ਮੀਆਂ ਨਾਲ ਉਹਦੀ ਫਸਲ ਦਾ ਨੁਕਸਾਨ ਹੋ ਗਿਆ ਸੀ, ਪਰ ਪਿਛਲੇ ਸਾਲ ਦੀ ਫਸਲ ਵਿੱਚੋਂ ਕਾਫੀ ਬੱਚਤ ਹੋ ਗਈ ਸੀ। ਅੰਗ 2। ਮਾਸੀ ਅੜੀਏ, ਤੂੰ ਕਦੋਂ ਆ ਗਈ? ਬਾਹਰੋਂ ਆਉਂਦੀ ਕੁਲਦੀਪ ਨੇ ਮੋਗੇ ਤੋਂ ਆਈ ਮਾਸੀ ਭਾਨ ਕੌਰ ਨੂੰ ਨਮਸਕਾਰ ਵਰਗਾ ਸਵਾਲ ਕੀਤਾ। ਮੈਨੂੰ ਤਾਂ ਅੱਧਾ ਪੈਰ ਹੋ ਚੱਲਿਆ ਆਈ ਨੂੰ, ਘਰੋਂ ਨਿਕਲਣਾ ਕਿਹੜਾ ਸੌਖਾ ਹੈ ਭਾਈ? ਮੋਗਿਓਂ ਤਾਂ ਲਾਰੀ ਮਿਲ ਗਈ ਬਾਗੇ ਵਾਲੇ ਤੱਕ, ਅਤੇ ਗਾਂ ਅੱਧੀ ਵਾਟ ਤਾਂ ਤੁਰ ਕੇ ਆਈ ਅਤੇ ਅੱਧੀ ਵਾਟ ਗੱਡੇ 'ਤੇ। ਆ ਜ਼ਿਮੀਂਦਾਰਾਂ ਦਾ ਗੱਡਾ ਮਿਲ ਗਿਆ ਸੀ ਸੁੱਖ ਨਾਲ, 4 ਵਾਟ ਤੁਰੀ ਹੋਊਂ ਅਤੇ ਗਰਮੀ ਨੇ ਤਾਂ ਬੁੰਦਲਾ ਕੇ ਰੱਖਤਾ। ਭਾਨੀ ਨੇ ਸਾਰੇ ਸਫ਼ਰ ਦਾ ਹਾਲ ਬਿਆਨ ਕਰ ਦਿੱਤਾ। ਅਤੇ ਹੋਰ ਕਿਸੇ ਨੂੰ ਮਿਲਣਾ ਕਿਹੜਾ ਸੌਖਾ ਹੈ? ਕੋਲੋਂ ਚਿੰਤੋ ਨੇ ਵੀ ਹਾਮੀ ਭਰੀ। ਮਿਲਣ ਦੀ ਵੀ ਕੀ ਗੱਲ ਪੁੱਛੀ ਹੈ? ਮੈਂ ਦੀਪੋ ਦੇ ਮਾਸੜ ਨੂੰ ਕਿਹਾ ਵੀ ਉੱਦਾਂ ਤਾਂ ਘਰੋਂ ਨਿਕਲ ਹੀ ਨਹੀਂ ਹੁੰਦਾ, ਹੁਣ ਵਾਹਵਾ ਵਿਆਹ ਦਾ ਪੱਜ ਹੈ, ਮੈਨੂੰ ਤਾਂ 7 ਪਹਿਲਾਂ ਹੀ ਜਾਣ ਦੇ। ਮੁੰਡਿਆਂ ਦੇ ਵਿਆਹ ਵੇਲੇ ਤਾਂ ਆਉਣ ਜਾਣ ਨਹੀਂ ਮਾਰ ਲਿਆ, ਇੱਥੇ ਰਹਿ ਕੇ ਵੀ ਨਾ ਦੇਖਿਆ। ਮਾਸੀ, ਤਾਂ ਤਾਂ ਤੂੰ ਸਾਡਾ ਬਲਾ ਹੇਰਵਾ ਕੀਤਾ, ਕੁਲਦੀਪ ਘੜੇ 'ਚੋਂ ਗਲਾਸ 'ਚ ਪਾਣੀ ਪਾਉਂਦੀ ਬੋਲੀ। ਘੜੇ ਦਾ ਪਾਣੀ ਵਾਹਵਾ ਸਾਰਾ ਬਾਹਰ ਹੀ ਡੁੱਲ ਗਿਆ।
ਅਤੇ ਹੋਰ ਕੁੜੇ ਧੀਆਂ ਦਾ ਹੇਰਵਾ ਹੁੰਦਾ ਹੀ ਹੈ ਨਾ। ਤੁਸੀਂ ਮੇਰੀ ਭੈਣ ਦੀਆਂ ਨਿਸ਼ਾਨੀਆਂ ਹੋ ਅਤੇ ਹੁਣ ਤੂੰ ਸੁੱਖ ਨਾਲ ਵਿਆਹ ਦੇ ਚਾਅ 'ਚ ਪਾਣੀ ਮੁਧਿਆਈ ਜਾਂਦੀ ਹੈ। ਮੌਸੀ ਤੂੰ ਤਾਂ ਮਖੌਲ ਕਰਦੀ ਹੈ, ਕਹਿ ਕੇ ਕੁਲਦੀਪ ਪਾਣੀ ਪੀਣ ਲੱਗ ਪਈ। ਮਖੌਲ ਕਾਹਨੂੰ ਭਾਈ, ਸੱਚੀ ਆਨੀ ਆ। ਮੌਸੀ ਅੱਜ ਦਾਣੇ ਬਣਾ ਲਏ ਜੀ, ਕੁਲਦੀਪ ਨੇ ਆਪਣੀ ਮਾਂ ਨੂੰ ਪੁੱਛਿਆ। ਕੁੜੇ ਦੀਪੋ, ਤੁਸੀਂ ਤਾਂ ਮਾਈਆਂ ਹੀ ਪਈਆਂ ਵੀ ਹੈ, ਕਾਹਨੂੰ ਬਾਹਰ ਨਿਕਲਦੀਆਂ ਹੁੰਦੀਆਂ? ਮਾਸੀ ਭਾਨੀ ਬੋਲੀ, ਜੇ ਪਨਾਉਣੇ ਆ ਤਾਂ ਛੇਤੀ ਲੈ ਜਾ, ਬੁੱਚੜ ਆ ਗਿਆ ਤਾਂ ਜਾਨ ਕੱਢੂ। ਚਿੰਤੋ ਨੇ ਆਪਣੇ ਪਤੀ ਦਾ ਡਰ ਜਤਾਇਆ। ਉਹਦੀ ਆਦਤ ਤੋਂ ਜਾਣੂ ਸੀ ਕਿ ਉਹ ਦਾਣੇ ਖਰਾਬ ਕਰਨੇ ਬਰਦਾਸ਼ਤ ਨਹੀਂ ਕਰ ਸਕਦਾ। ਕੁਲਦੀਪ ਛੇਤੀ ਛੇਤੀ ਦਾਣੇ ਲੈ ਕੇ ਚਲੀ ਗਈ। ਕੁੜੇ, ਸਾਰੇ 6 ਦਿਨ ਤਾਂ ਰਹਿ ਗਏ ਵਿਆਹ ਨੂੰ, ਹੁਣ ਐਵੇਂ ਨਾ ਹਰਲ ਹਰਲ ਕਰਦੀਆਂ ਫਿਰਿਆ ਕਰੋ। ਤੁਰੀ ਜਾਂਦੀ ਕੁਲਦੀਪ ਨੂੰ ਮਾਸੀ ਨੇ ਫਿਰ ਸਲਾਹ ਦਿੱਤੀ। ਛੇਤੀ ਕੁਲਦੀਪ ਦਾਣੇ ਭੁਨਾ ਕੇ ਲੈ ਆਈ। ਦਾਣੇ ਚੱਬੇ ਗਏ, ਆਥਣ ਵੇਲੇ ਦਾ ਰੋਟੀ ਟੁੱਕ ਕਰਕੇ ਖਾਧਾ ਪੀਤਾ ਗਿਆ। ਪ੍ਰਾਹੁਣੀ ਆਈ, ਮਾਸੀ ਨੂੰ ਚੋਖਾ ਘਿਓ ਪਾ ਕੇ ਸ਼ੱਕਰ ਲਾ ਕੇ ਦਿੱਤੀ ਗਈ। ਕੁੜੇ ਦੀਪੋ, ਜੀਤੋ ਆਓ, ਭੋਰਾ ਬਾਹਰ ਜਾ ਆਈਏ। ਮਾਸੀ ਭਾਨੀ ਦੋਵਾਂ ਕੁੜੀਆਂ ਨੂੰ ਬਾਹਰ ਲੈ ਤੁਰੀ। ਹੌਲੀ ਹੌਲੀ ਤੁਰਦੀਆਂ ਉਹ ਫਿਰਨੀ ਪਾਰ ਕਰਕੇ ਛੱਪੜ ਕੋਲ ਆ ਗਈਆਂ। ਵੈਸੇ ਤਾਂ ਪਿੰਡ ਬਹੁਤੇ ਛੱਪੜਾਂ ਵਾਲਾਂ ਦੇ ਨਾਂ ਨਾਲ ਮਸ਼ਹੂਰ ਹੈ, ਪਰ ਇਹ ਛੱਪੜੀ ਪਿੰਡ ਦਾ ਮੁੱਖ ਛੱਪੜ ਮੰਨਿਆ ਜਾਂਦਾ। ਕੁੜੇ ਦੀਪੋ, ਇਹ ਤੁਹਾਡੇ ਪਿਓ ਨੇ ਕੀ ਲੋੜਾ ਮਾਰਿਆ? ਮਾਸੀ ਅਚਾਨਕ ਹੀ ਬੋਲੀ, ਜਿਵੇਂ ਸਾਰੇ ਰਾਹ ਉਹੀ ਸਵਾਲ ਕਰਨ ਲਈ ਤਿਆਰ ਹੁੰਦੀ ਆ ਰਹੀ ਸੀ। ਕੀ ਮਾਸੀ? ਕੁਲਦੀਪ ਨੇ ਸਵਾਲ ਕੀਤਾ। ਕੰਜਰ ਨੇ ਤੁਹਾਨੂੰ ਚੰਡੀ ਦੇ ਵੱਸ ਪਾ ਦਿੱਤਾ। ਤੁਹਾਡੀ ਸੱਸ ਤਾਂ ਪੂਰੀ ਚੰਡਾਲ ਦਾ ਰੂਪ ਹੈ। ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਤਾਂ ਮੈਂ ਇਹ ਰਿਸ਼ਤਾ ਕਦੇ ਵੀ ਨਾ ਹੋਣ ਦਿੰਦੀ। ਸਾਰਾ ਦਿੱਲੀ ਦੱਖਣ ਛੱਡ ਕੇ ਚੁੱਲ੍ਹੇ ਵੱਟੇ ਕੁੜੀਆਂ ਵਿਆਹੁਣ ਲੱਗਿਆ। ਮਾਸੀ ਹੁਣ ਕੀ ਹੋਊਗਾ? ਮਨਜੀਤ ਚਿੰਤਾਤਰ ਹੋ ਕੇ ਬੋਲੀ। ਹੁਣ ਤਾਂ ਜੋ ਹੋ ਗਿਆ ਠੀਕ ਹੈ, ਕੁਲਦੀਪ ਨੇ ਜਵਾਬ ਦਿੱਤਾ। ਠੀਕ ਕੀ ਹੋ ਗਿਆ? ਸਿਆਣਾ ਕਾਂ ਆਖੇ ਗੰਦ 'ਤੇ ਡਿੱਗਦਾ ਹੁੰਦਾ, ਜਦੋਂ ਇਹ ਦੇਖਣ ਗਿਆ ਸੀ ਤਾਂ ਅੱਖਾਂ ਬੰਨ ਕੇ ਗਿਆ ਸੀ। ਉਹਨਾਂ ਦਾ ਤਾਂ ਖਲਜਗਣ ਹੀ ਸੂਤ ਨਹੀਂ ਆਉਂਦਾ ਔਂਤਰਿਆਂ ਦੀ, ਉਹ ਸਾਰੀ ਦਿਹਾੜੀ ਜੂਆਂ ਕੱਢਦੀਆਂ ਹੀ ਥੱਕ ਜਾਇਆ ਕਰੂੰਗੀਆਂ। 6 ਮੁੰਡੇ 4 ਕੁੜੀਆਂ ਤੁਹਾਡੀ ਸੱਸ ਦੇ, ਮੇਰੀ ਜਠਾਣੀ ਦੀ ਭੈਣ ਹੈ। ਮਾਸੀ ਮੇਰਾ ਤਾਂ ਜੀ ਕੱਚਾ ਹੋਣ ਲੱਗ ਪਿਆ, ਮਨਜੀਤ ਆਪਣਾ ਮੂੰਹ ਭੈੜਾ ਜਿਹਾ ਬਣਾਉਂਦੀ ਬੋਲੀ। ਅਤੇ ਹੋਰ ਧੀਏ, ਜੀ ਤਾਂ ਕੱਚਾ ਹੋਣਾ ਹੀ ਹੋਇਆ। ਮੈਨੂੰ ਤਾਂ ਹੁਣ ਤੁਹਾਡੀ ਮਾਂ ਤੋਂ ਪਤਾ ਲੱਗਿਆ ਵੀ ਫਲਾਣੇ ਥਾਂ ਮੰਗੀਆਂ ਹੋਈਆਂ। ਚੱਲ ਮਾਸੀ, ਸਾਡੀ ਕਿਸਮਤ ਅਖੇ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਚੰਗਾ ਮਾੜਾ ਜੋ ਵੀ ਹੈ ਹੁਣ ਤਾਂ ਹੋ ਗਿਆ ਜੋ ਹੋਣਾ ਸੀ, ਕੁਲਦੀਪ ਨੇ ਮਾਸੀ ਭਾਨੀ ਨੂੰ ਜਵਾਬ ਦਿੱਤਾ। ਉਹ ਸਾਰੀ ਰਾਤ ਕੁੜੀਆਂ ਨੇ ਆਪਣੇ ਹੋਣ ਵਾਲੇ ਸਹੁਰਿਆਂ ਬਾਰੇ ਸੋਚਦਿਆਂ ਲੰਘਾ ਦਿੱਤੀ। ਅਗਲੇ ਦਿਨ ਬਚਿੱਤਰ ਸਿੰਘ ਖੇਤੋਂ ਪੱਟੀ ਟਾਹਲੀ ਦੇ ਨਵੇਂ ਬਣਾਏ ਸੰਦੂਕ ਲੈ ਆਇਆ। ਸਾਰਾ ਦਾਜ ਸਾਂਭ ਸੂਤ ਲਿਆ ਗਿਆ, ਸਾਰੇ ਵਿਆਹਾਂ ਵਾਲੇ ਕਾਰ ਵਿਹਾਰ ਆਰੰਭ ਦਿੱਤੇ ਗਏ, ਸਾਰੇ ਰਿਸ਼ਤੇਦਾਰ 3 ਦਿਨ ਪਹਿਲਾਂ ਹੀ ਪਹੁੰਚ ਗਏ। 4 ਚੱਕੀਆਂ 'ਤੇ ਆਟਾ ਪੀਸਿਆ ਜਾ ਰਿਹਾ ਸੀ, ਦਾਲਾਂ ਚੌਲ ਛੱਟੇ ਜਾ ਰਹੇ ਸੀ। ਰਾਤ ਨੂੰ ਕੁੜੀਆਂ ਬੁੜੀਆਂ ਗੀਤਾਂ 'ਤੇ ਆਉਂਦੀਆਂ, ਵਿਆਹ ਤੋਂ 1 ਦਿਨ ਪਹਿਲਾਂ ਹੀ ਦਿਖਾਵਾ ਦਿਖਾ ਦਿੱਤਾ ਗਿਆ। ਸੱਚਮੁੱਚੀ ਬਚਿੱਤਰ ਸਿੰਘ ਨੇ ਧੜੱਲੇਦਾਰ ਵਿਆਹ ਕੀਤੇ, ਦੇਣ ਲੈਣ ਉਹਦਾ ਵਧੀਆ ਸੀ। ਰਾਤ ਨੂੰ ਬਰਾਤ ਦੇ ਸਵਾਗਤ ਲਈ ਗੇਟ ਬਣਾ ਲਿਆ ਗਿਆ, ਜੋ ਪਿੰਡ ਵਾਸਤੇ ਨਵੀਂ ਗੱਲ ਸੀ। ਬਰਾਤ ਵਾਸਤੇ ਸ਼ਾਮਿਆਨੇ ਅਤੇ ਮੇਜ਼ ਕੁਰਸੀਆਂ ਦਾ ਪ੍ਰਬੰਧ ਵੀ ਕੀਤਾ ਗਿਆ, ਜੋ ਪਿੰਡ ਵਾਲਿਆਂ ਨੂੰ ਉੱਪਰਾ ਲੱਗ ਰਿਹਾ ਸੀ। ਅਗਲੇ ਦਿਨ ਰੱਥਾਂ 'ਤੇ ਬਰਾਤ ਆ ਗਈ। ਵੱਡਾ ਲਾੜਾ ਸੁੰਦਰ, ਸੋਹਣੀ ਸਿਹਤ ਵਾਲਾ ਅਤੇ 21 ਵਰ੍ਹਿਆਂ ਦਾ ਜਵਾਨ ਸੀ। ਛੋਟਾ ਲਾੜਾ 16 ਕੁ ਸਾਲ ਦਾ, ਬਿੱਲੀਆਂ ਅੱਖਾਂ ਵਾਲਾ, ਕਾਫੀ ਚੰਚਲ ਲੱਗਦਾ ਸੀ। ਪਹਿਲਾਂ ਬਰਾਤੀਆਂ ਨੂੰ ਚਾਹ ਪਿਆਈ ਗਈ, ਉਹਦੇ ਉਪਰੰਤ ਆਨੰਦ ਕਾਰਜ ਹੋ ਗਏ। ਵੱਡੀ ਕੁੜੀ ਦਾ ਕੱਦ ਕੁਝ ਛੋਟਾ ਸੀ, ਛੋਟੀ ਦਾ ਲੰਮਾ। ਮੁੰਡਿਆਂ ਦਾ ਕੱਦ ਇਹਦੇ ਉਲਟ ਸੀ, ਜਿਸ ਕਾਰਨ ਸਾਰੇ ਇਸੇ ਸ਼ੱਕ 'ਚ ਸੀ ਕਿ ਦੋਵਾਂ ਦੀਆਂ ਘਰ ਵਾਲੀਆਂ ਵੱਟ ਗਈਆਂ। ਛੋਟਾ ਮੁੰਡਾ ਵੀ ਇਸੇ ਗੱਲ 'ਤੇ ਝਗੜ ਰਿਹਾ ਸੀ, ਪਰ ਜੋ ਹੋ ਗਿਆ ਠੀਕ ਹੋ ਗਿਆ ਕਹਿ ਕੇ ਗੱਲ ਟਲ ਗਈ। ਵੱਡਾ ਮੁੰਡਾ ਆਪਣੇ ਨਾਲ ਲਿਆਂਦੇ ਕੈਮਰੇ ਨਾਲ ਫੋਟੋਆਂ ਖਿੱਚੀ ਜਾ ਰਿਹਾ ਸੀ। ਕੁੜੀਆਂ ਇੱਕ ਦੂਜੇ ਦੇ ਓਹਲੇ ਹੋ ਜਾਂਦੀਆਂ ਤਾਂ ਕਿ ਉਹਨਾਂ ਦੀ ਫੋਟੋ ਨਾ ਲੈ ਜਾਏ। ਰੋਟੀ ਖਾਣ ਦਾ ਵੇਲਾ ਹੋ ਗਿਆ, ਸਾਰੀਆਂ ਇਕੱਠੀਆਂ ਹੋਈਆਂ ਕੁੜੀਆਂ ਕੋਠੇ ਦੇ ਬਨੇਰੇ 'ਤੇ ਜਾ ਬੈਠੀਆਂ। ਉਹਨਾਂ ਨੇ ਆਪਣੇ ਗੀਤਾਂ ਰਾਹੀਂ ਰੋਟੀ ਖਾਣ ਲੱਗੀ ਜੰਝ ਬੰਨ ਦਿੱਤੀ। ਸਾਰੇ ਆਦਮੀ ਸ਼ਰਮੋ ਸ਼ਰਮੀ ਹੇਠਾਂ ਮੂੰਹ ਕਰੀ ਬੈਠੇ ਸੀ। ਬਰਾਤੀਆਂ 'ਚ ਕੋਈ ਅਜਿਹਾ ਨਹੀਂ ਸੀ ਜਿਹਨੂੰ ਜੰਝ ਖੋਲ੍ਹਣੀ ਆਉਂਦੀ ਹੋਵੇ। ਵੱਡੇ ਮੁੰਡੇ ਨੂੰ ਇੱਕ ਤਰਕੀਬ ਸੁੱਝੀ, ਉਹ ਆਪਣਾ ਕੈਮਰਾ ਅੱਖ ਨਾਲ ਲਾ ਕੇ ਬਨੇਰੇ ਵੱਲ ਝਾਕਿਆ। ਅੱਖ ਦੇ ਫੋਰ 'ਚ ਹੀ ਸਾਰੀਆਂ ਕੁੜੀਆਂ ਤਿੱਤਰ ਹੋ ਗਈਆਂ। ਸਾਰੇ ਬਰਾਤੀ ਹੱਸਦੇ ਹਸਾਉਂਦੇ ਰੋਟੀ ਖਾਣ ਲੱਗ ਪਏ ਅਤੇ ਨਾਲ ਨਾਲ ਵੱਡੇ ਮੁੰਡੇ ਨੂੰ ਸ਼ਾਬਾਸ਼ ਵੀ ਦੇਈ ਜਾ ਰਹੇ ਸੀ। ਮੱਖ ਕੁਲਵੰਤ ਸਿਆਂ, ਇਹ ਕੈਮਰਾ ਕਿੰਨੇ ਦਾ ਲਿਆ ਸੀ? ਰੋਟੀ ਖਾਂਦਾ ਚਾਚਾ ਸੰਤਾ ਸਿੰਘ ਬੋਲਿਆ। ਚਾਚਾ 1 ਤਨਖਾਹ ਦਾ ਆ ਗਿਆ, ਕੁਲਵੰਤ ਨੇ ਜਵਾਬ ਦਿੱਤਾ। ਮੱਖ ਇਹ ਤਾਂ ਬਲਾ ਕੰਮ ਆਇਆ, 30 ਰੰਗ ਭੱਜ ਗਈਆਂ ਸਾਰੀਆਂ। ਚਾਚੇ ਦੀ ਗੱਲ ਸੁਣ ਕੇ ਕੁਲਵੰਤ ਫੁੱਲ ਕੇ ਕੁੱਪਾ ਹੋ ਗਿਆ। ਸਾਰੀਆਂ ਕੁੜੀਆਂ ਕੋਠੇ ਤੋਂ ਉਤਰ ਕੇ ਹੇਠਾਂ ਆ ਗਈਆਂ। ਸਾਰੀਆਂ ਨੇ ਦੋਵਾਂ ਵਿਆਹਲੀਆਂ ਕੁੜੀਆਂ ਨੂੰ ਘੇਰਾ ਪਾ ਲਿਆ।
ਚਿੰਨ ਤੋਂ ਵੀ ਬਾਹਰੋਂ ਆ ਗਈ। ਚਾਚੀ, ਤੇਰਾ ਜਵਾਈ ਬੜਾ ਬੇਸ਼ਰਮ ਹੈ। ਗੁਆਂਢਣ ਕੁੜੀ ਸੀਤੋ ਨੇ ਚਿੰਤੋ ਕੋਲ ਫਰਿਆਦ ਲਾਈ। ਕਿਉਂ ਕੁੜੇ, ਅਤੇ ਹੋਰ ਕੀ, ਬਿੰਦਕ ਪਿੱਛੋਂ ਡੱਬਾ ਜਿਹਾ ਚੱਕ ਕੇ ਫੋਟੋ ਲਾ ਲੈਂਦਾ, ਦਿਮਾਗ ਹਿੱਲਿਆ ਲੱਗਦਾ। ਕੁੜੀਓ, ਤੁਸੀਂ ਉੱਤੇ ਨਾ ਜਾਓ, ਅਤੇ ਨਾਲੇ ਜੰਨ ਤਾਂ ਅੱਜ ਹੀ ਮੁੜ ਜਾਣੀ ਹੈ, ਦੋ ਦਿਨ ਰੁਕਣੀ ਨਹੀਂ, ਤੁਸੀਂ ਸਾਰੀਆਂ ਰਲ ਕੇ ਸੁਹਾਗ ਗਾ ਲਓ, ਮਾਸੀ ਭਾਨੀ ਨੇ ਸਲਾਹ ਦਿੱਤੀ। ਆਹੋ ਨਹੀਂ, ਆਓ ਸਾਰੀਆਂ ਬੈਠੋ ਇੱਥੇ। ਸੀਤੋ ਸਾਰੀਆਂ ਨੂੰ ਮੁਖਾਤਿਬ ਹੋਈ। ਦੀਪੋ ਅਤੇ ਜੀਤੋ ਦੇ ਦਿਲਾਂ 'ਚੋਂ ਦਰਦ ਦੀ ਹੂਕ ਨਿਕਲ ਰਹੀ ਸੀ। ਇਸ ਵੇਲੇ ਉਹਨਾਂ ਦਾ ਦਿਲ ਕਰਦਾ ਸੀ ਕਿ ਇਸ ਜਗ੍ਹਾ ਨੂੰ ਛੱਡ ਕੇ ਉਹ ਕਿਤੇ ਨਾ ਜਾਣ। ਬਾਹਰ ਬੈਠੇ ਮੇਲ 'ਚੋਂ ਲੰਮੇ ਗੀਤ ਗਾਉਣ ਦੀ ਆਵਾਜ਼ ਆ ਰਹੀ ਸੀ। ਕਮਰੇ 'ਚ ਬੈਠੀਆਂ ਕੁੜੀਆਂ 'ਚੋਂ ਇੱਕ ਨੇ ਸੁਹਾਗ ਛੇੜ ਦਿੱਤਾ, ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ, ਲੰਮੀ ਮਾਰੋ ਡਾਰੀ ਵੇ, ਬਾਬਲ ਕਿਹੜੇ ਦੇਸ਼ ਜਾਣਾ। ਦਰਦ ਭਰੇ ਗੀਤਾਂ ਦੇ ਸਿਰਤਾਜ ਇਸ ਗੀਤ ਨੇ ਕੁਲਦੀਪ ਨੂੰ ਰਵਾ ਦਿੱਤਾ। ਮਾਸੀ ਭਾਨੀ ਉਹਨੂੰ ਚੁੱਪ ਕਰਾਉਣ ਦਾ ਸਫਲ ਯਤਨ ਕਰ ਰਹੀ ਸੀ। ਕੁਛ ਚਿਰ ਮਗਰੋਂ ਦਾ ਰੋਣ ਥੰਮਿਆ ਗਿਆ। ਡੋਲੀ ਦਾ ਸਮਾਂ ਹੋ ਗਿਆ ਸੀ। ਬਚਿੱਤਰ ਸਿੰਘ ਆਪਣੀਆਂ ਵਿਛੜ ਰਹੀਆਂ ਧੀਆਂ ਕੋਲ ਆਇਆ, ਵਾਰੋਂ ਵਾਰੀ ਧੀਆਂ ਦੇ ਗਲ ਲੱਗ ਕੇ ਰੋਇਆ। ਧੀਓ, ਮੇਰੇ ਕੋਲ ਤਾਂ ਤੁਸੀਂ ਅੱਜ ਤੱਕ ਮਹਿਮਾਨ ਸੀਗੀਆਂ, ਮੈਂ ਆਪਣੇ ਘਰੋਂ ਤੁਹਾਡੀ ਡੋਲੀ ਤੋਰ ਰਿਹਾ, ਅਤੇ ਹੁਣ ਅਰਥੀ ਤੁਹਾਡੀ ਆਪਦੇ ਸਹੁਰਿਆਂ ਦੇ ਘਰੋਂ ਹੀ ਨਿਕਲੂ। ਬਚਿੱਤਰ ਸਿੰਘ ਬੋਲਿਆ, ਧੀਆਂ ਬਸ ਰੋਈ ਜਾ ਰਹੀਆਂ ਸੀ। ਬਚਿੱਤਰ ਸਿੰਘ ਨੇ ਫੇਰ ਕਿਹਾ, ਜੇ ਤੁਸੀਂ ਲੜ ਕੇ ਆਈਆਂ ਤਾਂ ਮੇਰੇ ਘਰ ਤੁਹਾਡੇ ਵਾਸਤੇ ਕੋਈ ਥਾਂ ਨਹੀਂ, ਪਰ ਜੇ ਸੁਲਾ ਸਫਾਈ ਨਾਲ ਆਉਂਗੀਆਂ ਤਾਂ ਭਾਵੇਂ ਨਿੱਤ ਆਓ। ਆਹੋ ਭਾਈ, ਧੀਆਂ ਆਪਦੇ ਘਰ ਹੀ ਸੋਭਦੀਆਂ, ਸੁੱਖ ਨਾਲ ਵਾਹਿਗੁਰੂ ਆਪਦੇ ਘਰ ਹੀ ਸੁੱਖ ਸ਼ਾਂਤੀ ਬਖਸ਼ੇ, ਨਮਾਣਿਆਂ ਝਗੜਿਆਂ 'ਚ ਕੀ ਪਿਆ। ਕੋਲੋਂ ਅੱਖਾਂ ਪੂੰਝਦੀ ਮਾਸੀ ਭਾਨੀ ਨੇ ਹਾਮੀ ਭਰੀ। ਸੂਰਜ ਦੇ ਛਿਪਾ ਤੋਂ ਪਹਿਲਾਂ ਹੀ ਦੋਹਾਂ ਦੀਆਂ ਡੋਲੀਆਂ ਰੱਥਾਂ 'ਚ ਤੋਰ ਦਿੱਤੀਆਂ ਗਈਆਂ। ਸਾਰੇ ਬਰਾਤੀ ਨਾਲ ਪੈਦਲ ਚੱਲ ਰਹੇ ਸਨ। ਸ਼ਿੰਗਾਰੇ ਹੋਏ ਬਲਦ ਮਸਤ ਚਾਲ ਨਾਲ ਚੱਲ ਰਹੇ ਸਨ। ਡੋਲੀ ਫਿਰਨੀ ਤਾਂ ਕੱਪੜ ਗਈ, ਪਰ ਬਲਦਾਂ ਗਲ ਵੱਧੀਆਂ ਟੱਲੀਆਂ ਦੀ ਆਵਾਜ਼ ਅਜੇ ਵੀ ਘਰੇ ਸੁਣਾਈ ਦੇ ਰਹੀ ਸੀ। ਧੰਨਵਾਦ। ਚੱਲਦਾ